ਪਹਿਲਾਂ ਤਾਂ ਮੈਂ ਕਦੀ ਕੋਰੀਡੋਰ ਦੇਖਿਆ ਨਹੀਂ ਹੋਇਆ ਸੀ, ਦੂਸਰਾ ਅੱਜ ਨਵਾਂ ਸਾਲ ਸੀ ਇਸ ਕਰਕੇ ਗੁਰੂ ਘਰ ਮਤਲਬ ਦਰਸ਼ਨ ਕਰਨ ਆਏ ਸੀ, ਅਤੇ ਜਿਹੜੇ ਮਨ 'ਚ ਮੇਰੇ ਵਿਸ਼ਿਜ਼ ਹੈ ਬਸ ਉਹ ਪੂਰੀਆਂ ਹੋ ਜਾਣ, ਬਸ ਇਸੇ ਆਸ ਕਰਕੇ ਆਏ ਹਾਂ। ਹਜੇ ਤਾਂ ਮੈਂ ਇਹੀ ਚਾਹੁੰਦੀ ਹਾਂ ਕਿ ਜਿੱਦਾਂ ਮਤਲਬ ਓਮੀਕ੍ਰੋਨ ਔਰ ਕੋਵਿਡ ਵੱਧ ਰਿਹਾ ਅਤੇ ਲੋਕਾਂ ਨੂੰ ਥੋੜ੍ਹਾ ਜਿਹਾ ਡਿਸਟੈਂਸਿੰਗ ਲੈ ਕੇ ਹੀ ਚੱਲਣਾ ਚਾਹੀਦਾ, ਬਿਕੋਜ਼ ਕੇਸਿਸ ਵਧਣਗੇ ਅਤੇ ਫਿਰ ਤੋਂ ਲੋਕਡਾਊਨ ਹੋ ਜਾਏਗਾ, ਅਤੇ ਸਾਡੀ ਇੰਡੀਆ ਦੀ ਪਹਿਲਾਂ ਹੀ GDP ਬਹੁਤ ਡਾਊਨ ਚਲੀ ਗਈ ਹੈ। ਸੰਗਤ ਲਈ ਥੋੜ੍ਹਾ ਜਿਹਾ, ਕਿਉਂਕਿ ਜਿਹੜੇ ਬੰਦੇ ਮਤਲਬ ਦਿਲ 'ਚ ਆਸ ਮੁਰਾਦ ਲੈ ਕੇ ਆਉਂਦੇ ਨੇ ਉਹ ਤਾਂ ਚਾਹੁੰਗੇ ਕਿ ਉਹ ਜਾਣ ਉੱਥੇ, ਅਤੇ ਬਸ ਥੋੜ੍ਹਾ ਜਿਹਾ ਮਤਲਬ ਕੋਵਿਡ ਦੇ ਉਹਨਾਂ ਨੂੰ ਫੋਲੋ ਕਰਨ 'ਤੇ ਚੱਲਦਾ ਹੀ ਰਹਿਣਾ ਚਾਹੀਦਾ ਹੈ, ਤਾਂ ਕਿ ਸਾਰੇ ਗੁਰੂ ਘਰ ਜਾ ਸਕਣ ਅਤੇ ਦਰਸ਼ਨ ਕਰ ਸਕਣ। ਮਤਲਬ ਉਹਨੂੰ ਬਹੁਤ ਖੁਸ਼ੀ ਹੋਈ ਹੈ ਇੱਥੇ ਆਉਣ ਦੀ। ਮੈਂ ਕਾਫੀ ਦੋ ਤਿੰਨ ਵਾਰੀ ਇੱਥੇ ਆ ਚੁੱਕਿਆ, ਅਤੇ ਅੱਜ ਮੈਨੂੰ ਬਹੁਤ ਜਾਣੀ ਕਿ ਸੰਗਤਾਂ ਦੇਖ ਕੇ ਬੜਾ ਮਨ ਖੁਸ਼ ਹੋ ਰਿਹਾ। ਉਸ ਪਾਰ ਜਾਣ ਦਾ ਕੋਈ ਮਨ, ਉਸ ਮਨ ਖੁਸ਼, ਬਹੁਤ ਉਮੀਦ ਆ ਮੈਂ ਜਾਵਾਂ ਉੱਥੇ, ਪਰ ਬਟ ਅਜੇ ਕੋਈ ਮੌਕਾ ਨਹੀਂ ਮਿਲ ਰਿਹਾ ਹੈ। ਮੈਂ ਇਹੀ ਚਾਹੁੰਦਾ ਕਿ ਛੇਤੀ ਤੋਂ ਛੇਤੀ ਇਹ ਆਪਣੀਆਂ ਦੋਨੋਂ ਸਰਕਾਰਾਂ ਆਪੋ ਵਿੱਚ ਮਿਲ ਕੇ ਇਹਨੂੰ ਰਸਤੇ ਨੂੰ ਖੋਲ੍ਹਣ, ਅਤੇ ਸੰਗਤਾਂ ਆਪਣੀਆਂ ਆਉਣ ਅਤੇ ਆਪਣੀਆਂ ਮਦਦਾਂ ਪੂਰੀਆਂ ਕਰਨ ਉੱਥੇ। ਬਹੁਤ ਅੱਛਾ, ਸ਼ਾਂਤੀ, ਅਗਰ ਰਹਿਣ ਦਿੰਦੇ ਤਾਂ ਸੱਚੀ 2 ਦਿਨ ਰਹਿ ਜਾਂਦੇ, ਬਟ ਇਤਨੀ ਸ਼ਾਂਤੀ ਔਰ ਇਤਨਾ ਅੱਛਾ ਲੱਗਿਆ। ਵਾਕਈ ਗੁਰੂ ਨਾਨਕ ਦੇਵ ਜੀ ਵਰਗੀ ਧਰਤੀ ਹੈਗੀ ਜਿੱਥੇ ਪੂਰੀ ਸ਼ਾਂਤੀ ਵਸੀ ਹੋਈ ਹੈ, ਚਾਰੋਂ ਤਰਫ ਹਰਿਆਲੀ ਹੈ, ਫੁੱਲ ਹੀ ਫੁੱਲ ਨੇ, ਖੁਸ਼ਨੁਮਾ ਇੱਕਦਮ ਤੁਸੀਂ ਕਹਿ ਸਕਦੇ ਹੋ। ਬਸ ਅੱਗੇ ਜਾਣ ਦੀ ਇੱਛਾ ਤਾਂ ਹੈ, ਪਰ ਵਹੀ ਹੈ ਕਿ ਅੱਗੇ ਜਾਣ ਕੇ ਲਈ ਪਾਸਪੋਰਟ ਚਾਹੀਏ ਹੁੰਦਾ ਹੈ, ਤੋ ਉਸ ਵਜ੍ਹਾ ਸੇ ਨਹੀਂ ਜਾ ਪਾਏ ਹਮ ਆਗੇ, ਤੋ ਯਹੀ ਤੱਕ ਹੀ ਆਉਣਾ ਹੋਗਾ ਹਮਾਰਾ। ਸੰਗਤ ਕੋ ਅਬ ਵਹਾਂ ਪੇ ਵੀ ਬਾਤ ਕਰ ਰਹੇ ਥੇ, ਮੈਨੇ ਸੁਣਾ ਥਾ ਵੋ ਬੋਲ ਰਹੇ ਥੇ ਕਿ ਅਗਰ ਪਾਸਪੋਰਟ ਕੀ ਜਗ੍ਹਾ ਅਗਰ ਆਧਾਰ ਕਾਰਡ ਹੀ ਲੱਗ ਜਾਏ, ਤੋ ਬੋਲਤੇ ਸਭੀ ਕੀ ਜੈਸੇ ਇੱਛਾ ਪੂਰੀ ਹੋ ਸਕਤੀ ਹੈ ਕਿ ਹਮ ਆਗੇ ਜਾ ਕੇ ਦਰਸ਼ਨ ਕਰਕੇ ਆ ਸਕੀਏ।